ਕਿੰਨੇ ਕਿੱਲੇ ਬਣੇ ਆ ਆਪਣੀ ਵੀ ਵਿਖਾ ਹੁਣ ਟੈਂਕੀ 3.5 ਕਿੱਲੇ ਹੋਣੇ ਹੋਣਾ ਸੋਨਾਲੀਕਾ 60 ਦੀ ਤੇ 575 ਦੀ ਐਵੇਂ ਕੱਢਾਂਗੇ ਟਰੈਕਟਰ ਦੀ ਹੱਲਾਂ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਐਵਰੇਜ ਕੱਢਾਂਗੇ ਟਰੈਕਟਰ ਦੀ ਹੱਲਾਂ ਤੇ ਸੋਨਾਲੀਕਾ 60 ਦੀ ਤੇ 575 ਦੀ ਹੁਣ ਇਹਦੀ ਟੈਂਕੀ ਕਰਾਂਗੇ ਫੁੱਲ ਲੋ ਵੀ ਇਹਦੀ ਵੀ ਕਰਤੀ ਫੁੱਲ ਇਹ ਤਾਂ ਫੁੱਲ ਕਰਦਾ ਕਰਦੇ ਡੁੱਲ ਗਿਆ ਕਿੰਨਾ ਹਰੇ ਤੇਲ ਰੁਕ ਜਾ ਮਾੜਾ ਹਿਲਾ ਹੁਣ ਕਿੰਨੇ ਕਿੱਲੇ ਬਣੇ ਆ ਆਪਣੀ ਵੀ ਵਿਖਾ ਹੁਣ ਟੈਂਕੀ 3.5 ਕਿੱਲੇ ਹੋਣੇ ਹੋਣਾ ਆ ਜਾਓ ਵੇਖ ਲਾ ਆ ਟੱਕਣ ਦੇ ਕਹਿਣ ਲਾ ਉੱਤੇ ਆ ਦੇ ਲਾ ਮਾਸਾ ਹੁਣ ਕਿੱਥੇ ਪਾਉਣਾ ਚੱਲ ਇੰਨੀ ਕਰਨੀ ਫਿਰ ਆਹੋ ਠੀਕ ਆ ਥੱਲੇ ਪਰ ਹਾ ਹਾ ਹਲਾ ਹਲਾ ਕੀਤੀ ਵੇਖ ਲਾ ਹਲਾ ਠਾਂ ਨਹੀਂ ਜਾਂਦਾ ਤੇ ਤੇਰਾ ਹਲਾ ਉਹ ਨਹੀਂ ਜਾਂਦਾ ਹਲਾ ਨਹੀਂ ਇਹਦਾ ਵੀ ਨਹੀਂ ਜਾਂਦਾ ਵੇਖ ਲਾ ਹੁਣ ਹਾਂਜੀ ਦੋਵੇਂ ਟਰੈਕਟਰ ਚੱਲਣ ਲੱਗੇ ਆ ਇਕੱਠੇ ਹੀ ਅਤੇ ਇਕੱਠੇ ਹੀ ਬੰਦ ਕਰਾਂਗੇ 2-3-4 ਕਿੱਲੇ ਵਾਹੁਣੇ ਆ ਫਿਰ ਤੁਹਾਨੂੰ ਦੱਸਦੇ ਆ ਰਿਪੋਰਟ ਕੀ ਆ ਜੀ ਆਉਂਦੀ ਅਤੇ ਕਰਦੇ ਹਾਂ ਚਾਲੂ ਫਿਰ ਇਕੱਠੇ ਚੱਲਣ ਡੇ ਦੋਵੇਂ ਉਹ 1500 ਰੁਪਏ ਚੱਲਣ ਡਿਆ ਇਹ 1400 ਰੁਪਿਆਂ 'ਤੇ ਚੱਲਣ ਡਿਆ ਹੱਲਾਂ ਦੋਵਾਂ ਦੀਆਂ ਇੱਕੋ ਜਿਹੀਆਂ ਹੀ ਆ ਨਾ ਕਿਸੇ ਦੀਆਂ ਵੱਧ ਆ ਨਾ ਘੱਟ ਆ ਹੱਲਾਂ ਇੱਕੋ ਜਿਹੀਆਂ ਲਾਈਆਂ ਬਸ ਰੁਪਿਆਂ ਨੂੰ ਘੱਟ ਤੇ ਚੱਲਣ ਡਿਆ ਵੱਧ ਤੇ ਚੱਲਣ ਡਿਆ ਇਹ ਘੱਟ ਤੇ ਚੱਲਣ ਡਿਆ ਮਹਿੰਦਰੇ ਡੈਂ ਤੇਲ ਪਾਉਣ ਅਤੇ ਇੱਕ ਬੋਤਲ ਪੂਰੀ ਪੈ ਗਈ ਆ ਅਤੇ ਆਹ ਦੂਜੀ ਡੈਂ ਜੇ ਪਾਉਣ ਹਲਾ ਇਹਨੂੰ ਹਲਾ ਹਲਾ ਦੁੱਧ ਕੱਢਣਾ ਮਾਮਾ 2 ਦੀ ਐਵਰੇਜ ਆ ਗਈ ਅਤੇ ਆਹ ਲਾਲਾ ਸਾਹਿਬ ਤੋਂ ਵੀ ਲੀਟਰ ਥੋੜ੍ਹਾ ਘੱਟ ਆ ਯਾਨੀ ਕਿ 900 ਗ੍ਰਾਮ ਤੇਲ ਹੋਣਾ ਆ ਹਲੇ ਇਹ ਹੁਣ ਆਪਣੇ ਕੈਨ 'ਚ ਪਾਲਾ ਅਤੇ ਉੱਚੋਂ ਮੇਰੇ ਵਾਲੇ 'ਚ ਲਓ ਜੀ ਇਹਦੇ 'ਚ ਪੈਣ ਲੱਗੀ ਜੇ ਪਹਿਲੀ ਬੋਤਲ ਅੱਜ ਵਹਿੰਦੇ ਹਾਂ ਭਲਾ ਮਹਿੰਦਰਾ ਕਿੰਨਾ ਕੁ ਫਿਊਲ ਐਫੀਸ਼ੀਐਂਟ ਵਾ ਕਹਿੰਦੇ ਮਹਿੰਦਰਾ ਫਿਊਲ ਐਫੀਸ਼ੀਐਂਟ ਆ ਜੀ ਇਹਦੇ 4 ਲੀਟਰ ਪੈਣਾ ਮਿੱਤਰਾ ਇਹ ਜਿਹੜਾ 60 ਹਾਰਸ ਪਾਵਰ 16 ਟਾਇਰਾਂ ਵਾਲੇ ਵਾਹੁਣੇ ਆ ਨਾ ਫਿਰ ਦਿਲ ਵੱਡੇ ਕਰਨੇ ਪੈਣੇ ਆ ਚਲੋ ਹਾਂ ਲਿਆ ਇਹ ਤਾਂ ਮੈਂ ਕਿਹਾ ਕਿ ਲੈ ਲਓ ਅਜੇ ਵੀ ਮਹਿੰਦਰਾ ਤੇ ਕੁਛ ਨਹੀਂ ਵਿਗੜਿਆ ਮਹਿੰਦਰਾ ਪਰ ਜਦੋਂ ਰੇਤਾ ਜਿਹੜਾ ਥਾਂ ਵਾਲਾ ਸਲਿਪ ਹੀ ਮਰ ਜਾਂਦਾ ਹੋ ਥੋੜ੍ਹਾ 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 ਡੁੱਲਦਾ ਹੀ ਪੀਪ 'ਚੋਂ ਡੁੱਲਦਾ ਵਾ ਮਾਮਾ ਉਹਦੇ 2 ਕੁ ਲੀਟਰ ਦੀ ਬੋਲਦੇ ਉਹਦੇ ਹਲਾ ਹਲਾ ਕੇ ਪੈਣੀ ਆ ਅਰੇ ਵਾਹ
ਚੱਲ ਬਸ 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 ਸਰ ਪਾ ਹਲਾ ਮੈਂ ਮਾਮਾ ਦੱਸਾਂ ਕਿੱਦਾਂ ਫੁੱਲ ਕੀਤੀ ਹਲਾ ਲਾ ਕੇ ਐਵਰ ਇੱਦਾਂ ਨਹੀਂ ਨਿਕਲਣੀ ਹੈ ਕਿੰਨਾ ਤੇਲ ਪੈਂਦਾ ਹਲਾ ਲਾ ਕੇ ਬਸ 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 ਹਲਾਣ ਆਉਂਦਾ ਨਹੀਂ ਨਾ ਟੈਂਕੀ ਚ ਟੈਂਕੀ ਚ ਕੀ ਵੜ ਜਾਂਦਾ ਪਤਾ ਕੀ ਲਾਇਆ ਥੱਲੇ ਪਤਾ ਨੀ ਕੀ ਥੱਲੇ ਕਿਹੜਾ ਪਾਈਪ ਪਾ ਲਾਇਆ ਇਹਨੂੰ ਥੋੜ੍ਹੀ ਹੌਲੀ ਹਿਲਾਵੀ ਪਹਿਲਾਂ ਲਓ ਜੀ ਇਹ ਖਾ ਗਿਆ ਜੇ ਲਓ ਸਾਬੀ ਮਹਿੰਦਰੇ ਦਾ ਹੀ ਇੱਥੇ ਅਤੇ ਇਹ ਲਗਭਗ ਜੇ ਮੰਨ ਲਓ 200 200 400 600 800 ਇਹ 200 ml 150 ml ਵੱਧ ਖਾ ਗਿਆ ਜੀ ਠੀਕ ਨਹੀਂ ਹੁਣ ਲਾਲਾ ਇੱਥੇ ਪਾਈਆ ਹੋ ਗਿਆ ਇੱਥੇ ਅੱਧਾ ਲੀਟਰ ਹੋ ਗਿਆ ਇੱਥੇ ਡੇਢ ਇੱਥੇ ਹੀ ਹੈ ਨਾ 150 ml 100 150 100 150 ਕਿੱਲੇ ਮਗਰ ਨਹੀਂ ਆਪਾਂ ਵਾਏ 4 ਕਿੱਲੇ ਵਾਏ ਆ ਪੌਣੇ 4 ਤੇ 2 2 ਆ ਗਏ ਯਾਨੀ ਇਹ ਕਿੱਲੇ ਪਿੱਛੇ 75 80 ml ਵੱਧ ਖਾਂਦਾ ਪਰ ਟਰੈਕਟਰ ਵਗਿਆ ਵੀ 1300 1400 1400 RPM ਤੇ ਆ ਠੀਕ ਆ ਉਹ ਵਗਿਆ 1500 ਤੇ ਠੀਕ ਆ ਯਾਰ ਇੰਨਾ ਫਰਕ ਤਾਂ ਨਹੀਂ ਫਿਰ ਠੀਕ ਆ ਹੈਂ ਠੀਕ ਆ ਬਿਲਕੁਲ ਸਹੀ ਆ ਕਹਿੰਦੇ ਨਾ ਇਹ ਫਲਾਂ ਢੰਗਾਂ ਵੱਧ ਤੇਲ ਹੈ ਜੇ 1300 ਹੁੰਦੀਆਂ ਸੋਨਾ ਲਿਕਾ ਹੀ ਖਾਂਦਾ ਦੂਣਾ ਕੇ ਲਿਖਾ ਆਉਂਦਾ ਅਜੇ ਆ ਹੈਂ ਤੇ ਸੋਨੇ ਲਿਕਾ ਮਾਰ ਗਿਆ ਜੇ ਬਾਜੀ ਭਈ 100 ml ਮਹਾਂ 100 ml ਦਾ ਫਰਕ ਪਿਆ ਜੇ ਤੇ ਹੁਣ ਤੇ ਭਾਊ ਹੁਣੀ ਹੁਣ ਕੱਚੇ ਜਿਹੇ ਹੋ ਗਏ ਆ ਤੇ ਲਿਆਓ ਹੁਣ ਕਹਿੰਦੇ 1000 rupees ਦੀ 2000 ਦੀ ਸ਼ਰਤ ਮੈਂ ਤਾਂ ਝਿੜਕਦਾ ਲਾਉਂਦਾ ਨਹੀਂ ਕਿਤੇ ਜ਼ਿਆਦਾ ਖਾਣਾ ਹੁਣ ਦੱਸੋ ਕੱਢੋ ਜੇ ਮੈਂ 1200 ਦੇ ਮੋਹਣਾ 1250 ਦੇ ਤੇ ਆ ਵੀ ਬਚਾ ਜਾਣਾ ਸੀ ਘੱਟ ਖਾ ਲੈਣਾ ਸੀ ਇਹਨੇ ਕੱਢ ਲਈ ਇਸ ਦਿਨ ਕੱਢ ਲਾਂਗੇ ਫਿਰ ਹੁਣ ਓਕੇ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਲਾਈਕ ਕਰਿਓ।